ਹੈਲੋ ਐਂਡ ਵੈਲਕਮ ਟੂ ਦਾ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ 11ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚੋਂ ਚੌਥਾ ਟੋਲਾ ਮੀਆਂ ਰਾਂਝਾ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਟੋਲਾ ਕਿਸ ਬਾਰੇ ਹੈ ਤੇ ਇਸ ਟੋਲੇ ਵਿੱਚ ਉਸ ਵੇਲੇ ਦਾ ਜ਼ਿਕਰ ਹੈ ਉਸ ਵੇਲੇ ਦਾ ਵਰਣਨ ਹੈ ਜਦੋਂ ਰਾਂਝਾ ਆਪਣੀਆਂ ਪਰਜਾਈਆਂ ਦੇ ਤਾਨੇ ਮੈਣਿਆਂ ਤੋਂ ਦੁਖੀ ਹੋ ਕੇ ਘਰ ਛੱਡ ਕੇ ਤੁਰ ਜਾਂਦਾ ਅਤੇ ਉਸ ਦੇ ਭਰਾ ਉਸ ਨੂੰ ਰਸਤੇ ਵਿੱਚੋਂ ਕਰ ਲੈ ਜਾਣ ਲਈ ਆਉਂਦੇ ਹਨ ਪਰ ਉਹ ਆਪਣੇ ਭਰਾਵਾਂ ਦੀ ਗੱਲ ਨਹੀਂ ਮੰਨਦਾ ਤੇ ਆਓ ਹੁਣ ਅਸੀਂ ਇਸ ਟੋਲੇ ਨੂੰ ਪੜ੍ਹਦੇ ਹਾਂ ਤੇ ਨਾਲ ਦੀ ਨਾਲ ਇਸਦੇ ਅਰਥ ਵੀ ਕਰਦੇ ਹਾਂ ਮੁਧ ਫਿਕਰ ਹੋ ਕੇ ਟੁਰਿਆ ਸੁ ਮੀਆਂ ਰਾਂਝਾ ਕੰਦੀ ਲਈ ਸੁ ਮਲ ਚੰਨਾ ਦੀ ਤੇ ਇਸ ਵਿੱਚ ਮੁਧ ਫਿਕਰ ਦਾ ਅਰਥ ਹੈ ਫਿਗਰਮੰਦ ਟੁਰਿਆ ਸੀ ਦਾ ਅਰਥ ਹੈ ਟੁਰਿਆ ਸੀ ਕੰਦੀ ਦਾ ਅਰਥ ਹੈ ਕਿਨਾਰਾ ਜਾਂ ਦਰਿਆ ਦਾ ਕੰਢਾ ਚੰਨਾ ਦਾ ਅਰਥ ਹੈ ਚਨਾਬ ਨਦੀ ਤੇ ਇਸ ਤੋਂ ਕੁ ਅਰਥ ਹੈ ਕਿ ਆਪਣੀਆਂ ਪਰਜਾਈਆਂ ਦੇ ਤਾਨੇ ਮੈਣਿਆਂ ਤੋਂ ਦੁਖੀ ਹੋ ਕੇ ਰਾਂਜਾ ਫਿਕਰਮੰਦ ਹੋ ਕੇ ਕਰੋ ਤੁਰ ਪੰਦਾ ਅਤੇ ਚਨਾਬ ਨਦੀ ਦੇ ਕੰਢੇ ਤੇ ਉਹ ਤੁਰ ਰਿਹਾ ਹੈ ਭਾਈ ਰਾਝਣ ਦੇ ਬਾਹਾਂ ਬਨ ਅਰਜ ਕਰੇਂਦੂ ਨੂੰ ਪੀੜ ਵੀ ਉੱਠੀ ਨੇਹਾ ਦੀ ਤੇ ਇਸ ਵਿੱਚ ਭਾਈ ਰਾਝਣ ਦੇ ਅਰਥ ਹੈ ਰਾਂਜੇ ਦੇ ਪ੍ਰਾ ਅਰਜ ਕਰੇਂਦੂ ਦਾ ਅਰਥ ਹੈ ਬੇਨਤੀ ਕਰਦੇ ਹਨ ਨੇਹਾ ਦੀ ਅਰਥ ਹੈ ਦਿਲ ਨੂੰ ਦੁਖੀ ਕਰਨ ਵਾਲੀ ਤੇ ਇਸ ਤੋਂ ਕੁ ਅਰਥ ਹੈ ਕਿ ਰਾਂਝੇ ਦੇ ਪ੍ਰਾ ਉਸ ਨੂੰ ਬੇਨਤੀ ਕਰਦੇ ਹਨ ਕਿ ਤੂੰ ਕਰ ਮੋੜਾ ਤੇ ਰਾਂਝੇ ਦੇ ਪ੍ਰਾ ਵੀ ਦਿਲੋਂ ਦੁਖੀ ਹਨ ਕਿ ਰਾਂਝਾ ਘਰ ਛੱਡ ਕੇ ਜਾ ਰਿਹਾ ਹੈ ਸਤ ਪਰਜਾਈਆਂ ਤਾਬੇਦਾਰ ਉਪਾਈ ਰਾਂਝਣ ਮਨ ਅਰਜੋਈ ਕਾਈ ਤਾਂ ਕਰੇ ਹਾਂ ਗੱਲ ਨਿਆ ਦੀ ਤੇ ਇਸ ਤੋਂ ਕੁ ਵਿੱਚ ਤਾਬੇਦਾਰ ਦਾ ਅਰਥ ਹੈ ਆਗਿਆਕਾਰ ਜਾਂ ਸੇਵਾਦਾਰ ਅਰਜੋਈ ਦਾ ਅਰਥ ਹੈ ਬੇਨਤੀ ਕਰੇ ਹਾਂ ਦਾ ਅਰਥ ਹੈ ਕਰੇਗਾ ਤੇ ਇਸ ਤੁਕ ਵਿੱਚ ਰਾਂਝੇ ਦੇ ਪ੍ਰਾਵਸ ਨੂੰ ਆਖਦੇ ਹਨ ਕਿ ਤੇਰੀਆਂ ਸੱਤ ਪਰਜਾਈਆਂ ਤੇਰੀਆਂ ਆਗਿਆਕਾਰ ਹਨ ਸੇਵਾਦਾਰ ਹਨ ਤੂੰ ਸਾਡੀ ਬੇਨਤੀ ਮੰਨ ਲੈ ਅਤੇ ਨਿਆਂ ਦੀ ਇंसाफ ਦੀ ਕੋਈ ਗੱਲ ਕਰ ਜਿਸ ਅਰਥ ਹੈ ਕਿ ਤੂੰ ਘਰ ਵਾਪਸ ਆ ਜਾ ਫਿੱਟੀ ਕੀਤੀ ਵੈਨਾ ਮਿਲਖ ਪਿਉ ਤੇ ਦਾਦੇ ਦੀ ਅਸੀਂ ਦਰੋਹੀ ਪਏ ਦਿੰਦੇ ਆ ਅਲਾਦੇ ਨਾਂ ਦੀ ਤੇ ਇਸ ਵਿੱਚ ਫਿੱਟੀ ਕੀਤੀ ਦਾ ਅਰਥ ਹੈ ਛੱਡ ਕੇ ਜਾਂ ਛੱਡ ਦਿੱਤੀ ਵੈਨ ਦਾ ਅਰਥ ਹੈ ਜਾਂਦਾ ਹੈ ਮਿਲਖ ਦਾ ਅਰਥ ਹੈ ਜਾਇਦਾਦ ਦਰੋਹੀ ਦਾ ਅਰਥ ਹੈ ਦੁਹਾਈ ਤੇ ਅੱਲਾ ਦਾ ਅਰਥ ਹੈ ਰੱਬ ਤੇ ਇਸ ਤੁਕ ਵਿੱਚ ਰਾंजे ਦੇ ਪ੍ਰਾਰੰਜਨ ਨੂੰ ਕਹਿੰਦੇ ਹਨ ਕਿ ਤੂੰ ਪਿਓ ਦਾਦੇ ਦੀ ਜਾਇਦਾਦ ਨੂੰ ਛੱਡ ਕੇ ਜਾ ਰਿਹਾ ਅਸੀਂ ਤੈਨੂੰ ਰੱਬ ਦੇ ਨਾਮ ਦੀ ਦੁਹਾਈ ਦਿੰਦੇ ਹਾਂ ਕਿ ਤੈਨੂੰ ਰੱਬ ਦਾ ਵਾਸਤਾ ਹੈ ਕਿ ਤੂੰ ਵਾਪਸ ਆ ਜਾ ਰਾਂਜਾ ਪਿਆ ਹੁੰਦਾ ਉਹ ਭਰਾਵੋ ਮੇਰਾ ਰੂ ਹੀਰ ਕਾਣ ਮੂਚ ਗਿਆ ਹੈ ਆਹ ਹੁੰਦਾ ਦਾ ਅਰਥ ਹੈ ਕਹਿੰਦਾ ਕਾਣ ਦਾ ਅਰਥ ਹੈ ਵਿੱਚ ਮੂਝ ਗਿਆ ਦਾ ਅਰਥ ਹੈ ਲੱਗ ਗਿਆ ਹੈ ਤੇ ਇਸ ਤੁਕ ਵਿੱਚ ਰਾਂਝਾ ਆਪਣੇ ਭਰਾਵਾਂ ਨੂੰ ਕਹਿੰਦਾ ਹੈ ਕਿ ਮੇਰਾ ਮਨ ਹੀਰ ਦੇ ਧਿਆਨ ਵਿੱਚ ਲੱਗ ਪਿਆ ਹੈ ਪੈੜਾ ਦਿਲ ਰਿਹਾਰ ਕਰਿੰਦਾ ਹੈ ਮੈਂ ਸਿਆਲਾਂ ਨੂੰ ਵੰਜਣਾ ਪਰਵਾ ਨਾ ਕਾਇਤ ਉਪਤੇ ਛਾਂਦੀ ਤੇ ਰਿਹਾਰ ਦਾ ਅਰਥ ਹੈ ਜਿੱਦ ਵੰਜਣਾ ਦਾ ਅਰਥ ਹੈ ਜਾਣਾ ਹੈ ਤੇ ਰਾਂਝਾ ਆਪਣੇ ਭਰਾਵਾਂ ਨੂੰ ਕਹਿੰਦਾ ਹੈ ਕਿ ਮੇਰਾ ਪੈੜਾ ਦਿਲ ਇਹ ਜਿੱਦ ਕਰ ਰਿਹਾ ਹੈ ਕਿ ਮੈਂ ਸਿਆਲਨ ਨੂੰ ਜਾਣਾ ਹੈ ਮੈਂ ਉੱਥੇ ਜਾਣਾ ਹੈ ਜਿੱਥੇ ਹੀਰ ਰਹਿੰਦੀ ਹੈ ਤੇ ਹੁਣ ਮੈਨੂੰ ਤੁਪਛਾਂ ਦੀ ਕਿਸੇ ਮੁਸੀਬਤ ਦੀ ਕੋਈ ਪਰਵਾਹ ਨਹੀਂ ਤੇ ਪਿਆਰੇ ਵਿਦਿਆਰਥੀਓ ਇਸ ਤਰ੍ਹਾਂ ਅਸੀਂ ਸਟੋਲੇ ਵਿੱਚ ਦੇਖਿਆ ਕਿ ਰਾਂਝਾ ਆਪਣਾ ਘਰ ਛੱਡ ਕੇ ਜਾ ਰਿਹਾ ਤੇ ਉਸਦੇ ਭਰਾ ਉਸਨੂੰ ਮਨਾਉਣ ਆਂਦੇ ਹਨ ਪਰ ਉਹ ਆਪਣੇ ਭਰਾਵਾਂ ਦੀ ਗੱਲ ਨਹੀਂ ਸੁਣਦਾ ਅਤੇ ਤੁਰ ਪੈਂਦਾ ਹੈ ਪਿਆਰੇ ਵਿਦਿਆਰਥੀਓ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਟੋਲਾ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਹੁਣ ਅਸੀਂ ਕਰਦੇ ਹਾਂ ਇਸ ਦੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਮੀਆਂ ਰਾਂਝਾ ਟੋਲੇ ਵਿੱਚ ਰਾਂਝੇ ਦੀ ਮਾਨਸਿਕ ਹਾਲਤ ਕਿਹੋ ਜਿਹੀ ਸੀ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਮੀਆਂ ਰਾਂਝਾ ਟੋਲੇ ਵਿੱਚ ਰਾਂਝੇ ਦੀ ਮਾਨਸਿਕ ਹਾਲਤ ਪਹਿਲਾਂ ਤਾਂ ਫਿਕਰਮੰਦ ਸੀ ਕਿਉਂਕਿ ਉਹ ਆਪਣੀਆਂ ਪਰਜਾਈਆਂ ਤੋਂ ਨਾਰਾਜ਼ ਹੋ ਕੇ ਤੁਰਿਆ ਸੀ ਪਰ ਨਾਲ ਹੀ ਉਸ ਵਿੱਚ ਹੀਰ ਨੂੰ ਮਿਲਣ ਲਈ ਹਿੰਮਤ ਉਤਸ਼ਾਹ ਤੇ ਬੇਪਰਵਾਹੀ ਸੀ ਸਾਡਾ ਅਗਲਾ ਪ੍ਰਸ਼ਨ ਹੈ ਮੀਆ ਰਾਂਝਾ ਟੋਲੇ ਵਿੱਚ ਰਾਂਝੇ ਦੇ ਭਰਾਵਾਂ ਨੇ ਕੀ ਕਿਹਾ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਇਸ ਟੋਲੇ ਵਿੱਚ ਰਾਂਝੇ ਦੇ ਭਰਾਵਾਂ ਨੇ ਰਾਂਝੇ ਨੂੰ ਕਿਹਾ ਕਿ ਉਹ ਘਰ ਛੱਡ ਕੇ ਨਾ ਜਾਵੇ ਉਸ ਦੀਆਂ ਸੱਤੇ ਪਰਜਾਈਆਂ ਉਸ ਦੀਆਂ ਤਾਬਿਆਕਾਰ ਬਣ ਕੇ ਰਹਿਣਗੀਆਂ ਉਸ ਨੂੰ ਆਪਣੇ ਪਿਓ ਦਾਦੇ ਦੀ ਜਾਇਦਾਦ ਛੱਡ ਕੇ ਨਹੀਂ ਜਾਣਾ ਚਾਹੀਦਾ ਉਹ ਉਸ ਨੂੰ ਰੱਬ ਦੇ ਨਾਮ ਦੀ ਦੁਹਾਈ ਦਿੰਦੇ ਹਨ ਕਿ ਉਹ ਘਰ ਮੁੜ ਆਵੇ ਸਾਡਾ ਅਗਲਾ ਪ੍ਰਸ਼ਨ ਹੈ ਮੀਆ ਰਾਂਝਾ ਟੋਲੇ ਵਿੱਚ ਰਾਂਝੇ ਨੇ ਆਪਣੇ ਭਰਾਵਾਂ ਨੂੰ ਕੀ ਕਿਹਾ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਰਾਂਝੇ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਉਸ ਦਾ ਮਨ ਹੀਰ ਦੇ ਧਿਆਨ ਵਿੱਚ ਲੱਗ ਗਿਆ ਹੈ ਉਸ ਦਾ ਪੈੜਾ ਦਿਲ ਜਿੱਦ ਕਰਦਾ ਹੈ ਉਸ ਨੇ ਚੰਗ ਸਿਆਲ ਨੂੰ ਜਾਣਾ ਅਤੇ ਉਸ ਨੂੰ ਕਿਸੇ ਮੁਸੀਬਤ ਦੀ ਕੋਈ ਪਰਵਾਹ ਨਹੀਂ